ਦੁਕਾਨ ਦੇ ਬਿਨਾ ਜ਼ੈਨਬ ਭਰਾ ਦਾ ਨਾਮ ਮਿੱਟੀ ਤੇ ਲਿਖਦੀ ਆਈ। ਕੋਈ ਮੁਸਾਫਿਰ ਹੁਸੈਨ ਮਾਰਿਆ ਗਿਆ, ਕੋਈ ਪਰਦੇਸੀ ਹੁਸੈਨ ਮਾਰਿਆ ਗਿਆ। ਜਵਾਨਾ ਪੂਰੇ 14 ਦਿਨ ਗੁਜ਼ਰ ਗਏ ਅਲੀ ਦੀ ਧੀ ਨੂੰ ਵਤਨ ਤੇ ਆਇਆ ਤੇ ਪੂਰੇ 14 ਦਿਨ ਜਿਹੜਾ ਬੀਬੀ ਦਾ ਸ਼ੌਹਰ ਆਈ ਨਾ ਜਨਾਬ ਅਬਦੁੱਲਾ ਬਿਨ ਜਾਫਰ ਤੈਯਾਰ, ਦੀਆਂ ਨੂੰ ਭਜੇਂਦੇ ਰਹੇ ਵੰਨਿਓ ਵੰਨ ਕੇ ਮਾਂ ਨੂੰ ਮਿਲ ਲਓ, ਮਾਂ ਤੂੰ ਭਰਾਵਾਂ ਦਾ ਹਾਲ ਨਾ ਪੁੱਛਿਆ, ਮਾਮਿਆਂ ਦਾ ਹਾਲ ਹੀ ਨਾ ਪੁੱਛਿਆ। ਕਿਉਂ? ਮੈਂ ਸੁਣਿਆ ਜ਼ੈਨਬ ਉਜੜ ਕੇ ਵੱਲੀ ਆ ਯਾਰ, ਖਾਨਦਾਨੀ ਬੰਦੇ ਆਏ ਬੈਠੇ ਹੋ, ਅੱਲਾ ਜਾਣਦਾ ਧੀਆਂ ਆਵੇ ਨਾ, ਮਾਂ ਕੁਲ ਬਵੇ ਨਾ, ਮਾਂ ਦਿਰ ਵੇਖਿਆ ਨਾ, ਮਾਂ ਧੀਆਂ ਦਿਰ ਵੇਖਿਆ, ਧੀਆਂ ਬੁਲਾਵੇ ਨਾ, ਮਾਂ ਕੋਈ ਜਵਾਬ ਨਾ ਦੇਵੇ ਆ, ਤੇਰੀ ਜ਼ਿੰਦਗੀ ਹੋਵੇ ਸ਼ਾਲਾ ਤੂੰ ਵਸਦਾ ਰਹੇ। ਅੱਲਾ ਜਾਣਦਾ ਸ਼ਾਮ ਦੇ ਟਾਈਮ ਜੋ ਵੱਲੇ ਨਾ ਨਾ ਜਨਾਬ ਅਬਦੁੱਲਾ ਪੁੱਛਣਾ, ਧੀਆਂ ਗਈਆਂ ਮਾਂ ਮਿਲੀ ਨੇ, ਬਾਬਾ ਨਾ ਸਾਨੂੰ ਗੱਲ ਨਾਲ ਲੈਂਦੀ ਹੈ, ਨਾ ਸਾਨੂੰ ਸਾਡੇ ਵਿਰਾਵਾਂ ਦਾ ਹਾਲ ਦੱਸਦੀ ਹੈ, ਨਾ ਆਪਣੇ ਭਾਈਆਂ ਦਾ ਹਾਲ ਦੱਸਦੀ ਹੈ। ਅੱਲਾ ਜਾਣਦਾ ਅਬਦੁੱਲਾ ਰੋ ਕੇ ਆਖਿਆ ਨਾ, ਧੀਆਂ ਜਿਨ੍ਹਾਂ ਦੇ ਨੌ ਵਿਰਾ ਮਾਰੇ ਵੰਜੇ ਨਾ, ਉਹਨਾਂ ਭੈਣਾਂ ਨੂੰ ਔਲਾਦਾ ਯਾਦ ਨਹੀਂ ਰੱਖਦੀਆਂ, ਤੁਹਾਡੀ ਹਯਾਤੀ ਹੋਇਆ, ਤੇਰੀਆਂ ਕੂਕਾਂ ਮਨਜ਼ੂਰ ਹੋਣ ਕੁਰਨਾ ਵਾਣਾ ਲਿਆ। ਅੱਲਾ ਜਾਣਦਾ 14ਵੇਂ ਦਿਨ, ਮੈਂ ਗੱਲ ਨਾ ਛੋੜਾਂ, ਮੈਂ ਅਗਲੇ ਦਿਨ ਅੱਲਾ ਹਯਾਤੀ ਕਰੇ ਨਸੀਮ ਬਾਸ ਦੀ, ਮੌਲਾ ਜ਼ਿੰਦਗੀ ਦਰਾਜ਼ ਕਰੇ, ਮੌਲਾ ਸ਼ਫਾ ਦੇਵੇ ਆਗਾ ਸਾਹਿਬ ਨੂੰ। ਫਰਮਾਇੰਦੇ ਪੈਣ 7ਵੇਂ ਦਿਨ ਭਾਈ ਜਾਨ ਛੋਟੀ ਧੀ ਆਪੇ ਆ ਕੇ ਮਾਂ ਦੀ ਝੋਲੀਏ ਚ ਬਹਿ ਗਈ ਹੈ। ਮਾਂ ਦੇ ਗੱਲ ਨਿੱਕੀਆਂ ਨਿੱਕੀਆਂ ਬਾਹੀ ਪਾਈਆਂ ਸੀ, ਉਹ ਕਹਿੰਦੀ ਮਾਂ ਅੰਮਾ ਅੰਮਾ ਮੈਂ ਤੇਰੀ ਛੋਟੀ ਧੀ ਹਾਂ। ਅੱਲਾ ਜਾਣਦਾ ਅਲੀ ਦੀ ਧੀ ਨੇ ਧੀ ਨੂੰ ਚਾਹ ਕੇ ਮਿੱਟੀ ਤੇ ਬਹਾਇਆ ਹੈ, ਆਦੀ ਤੈਨੂੰ ਕਿਵੇਂ ਝੋਲੀਏ ਚ ਬਾਵਾਂ, ਆਓ ਵੇਖ ਸਾਹਮਣੇ ਰੁਬਾਬ ਦੀ ਖਾਲੀ ਝੋਲੀਏ, ਮਤਾ ਤੈਨੂੰ ਵੇਖ ਕੇ ਰੁਬਾਬ ਨੂੰ ਸਕੀਨਾ ਨਾ ਯਾਦ ਆ ਵਜੇ। ਵਾਹ ਬਾਈ ਵਾਹ, ਤੁਸਾਂ ਜੀ ਹੋ, ਤੇਰੀਆਂ ਹਯਾਤੀਆਂ ਨੌਕਰਾਂ ਨੌਕਰਾਂ, ਸ਼ਾਲਾ ਤੂੰ ਆਬਾਦ ਰਹੇ। ਖੁਦਾ ਜਾਣਦਾ 14ਵੇਂ ਦਿਨ ਮੁਰਖੀਨ ਨੇ ਲਿਖਿਆ ਹੈ, ਜਨਾਬ ਅਬਦੁੱਲਾ ਬਿਸਤਰੇ ਬਿਮਾਰੀ ਤੇ ਉੱਠਣ, ਸੋਟੀ ਦੀ ਟੇਕ ਤੇ ਟੁਰ ਕੇ ਸੱਜਾਦ ਕੋਲ ਆਇਆ। ਦਿਨ ਸੱਜਾਦ ਤੇਰੇ ਬਾਬੇ ਦੇ ਵੱਡੇ ਅਰਮਾਨ, ਸੱਜਾਦ ਦਾ ਚਾਚਾ ਤੇਰੇ ਪੁੱਤਰਾਂ ਦੇ ਵੱਡੇ ਅਰਮਾਨ, ਰੋ ਕੇ ਨੌਕਰਾਂ ਤੇਰਾ ਗੁਲਾਮਾ, ਰੋ ਕੇ ਜਨਾਬ ਅਬਦੁੱਲਾ ਫਰਮਾਇੰਦੇ ਨੇ ਸੱਜਾਦ ਤੁਹਾਨੂੰ 14 ਦਿਨ ਗੁਜ਼ਰ ਗਏ, ਤੇਰੀ ਜ਼ਿੰਦਗੀ ਹੋਵੇ, 14 ਦਿਨ ਗੁਜ਼ਰ ਗਏ ਵਤਨ ਤੇ ਆਇਆ ਤੇ ਪੂਰੇ 14 ਦਿਨ ਮੈਂ ਧੀਆਂ ਨੂੰ ਭਜੇਂਦਾ ਰਿਹਾ, ਮਾਂ ਨਾ ਧੀਆਂ ਨੂੰ ਮਿਲੀਏ, ਨਾ ਉਹਨਾਂ ਨੂੰ ਉਹਨਾਂ ਦੇ ਵਿਰਾਵਾਂ ਦਾ ਹਾਲ ਦੱਸਿਆ, ਨਾ ਆਪਣੇ ਭਾਈਆਂ ਦਾ ਹਾਲ ਦੱਸਿਆ। ਮਨ ਫੁੱਪੀ ਨੂੰ ਆਖ ਹੁਣ ਆਵੇ, ਮੁੱਦਤ ਦੇ ਮਾਰੇ ਘਰਾਂ ਦੇ ਜੰਦਰ ਹੀ ਲਾਵੇ, ਧੀਆਂ ਨੂੰ ਮਿਲੇ, ਮੇਰੇ ਘਰ ਆ ਕੇ ਵਸੇ ਹੀ ਸਹੀ। ਸਜਾਦਾ ਦਾ ਚਾਚਾ ਪਿੱਛਾ ਕਿਸੇ ਨੇ ਸਰੋਵਣ ਦਿੱਤਾ, ਤੇਰੀ ਹਯਾਤੀ ਹੋਏ ਮਲੰਗ ਨੌਕਰ, ਇੱਥੇ ਫਿਰ ਆਦੀ ਮੌਤ ਦੀ ਫੂੜੀ ਵਿਛਾਈ ਬੈਠੀ ਹੈ, ਬਹਿਣਾ ਮਨਜ਼ ਕਰੇ ਨਾ, ਆ ਕੇ ਡਿੱਠਸ ਇਸਤਕਲਾਲ ਦੀ ਖਾਲਕ ਸਹੀ ਆਜ਼ਾਦੀ, ਮਿੱਟੀ ਤੇ ਹੈਂਜ ਬੈਠੀ ਹੈ ਜਿਵੇਂ ਨਮਾਜ਼ੀ ਤਾਂ ਸ਼ੋਧ ਤੇ ਬਾਂਧਾ ਹੈ, ਸ਼ਰਮ ਹਯਾ ਦਾ ਖਾਲਕ ਸੈਦ ਅਦਬ ਤੋਂ ਗਰਦਨ ਜਿੱਕੀ ਹੈ। ਰੋ ਰੋ ਕਹਿੰਦਾ ਫੁੱਫੀ ਫੁੱਫੀ ਫੁੱਫੀ, ਜ਼ੈਨਬ ਦੀ ਜੀਵੇ ਆਬ ਫੁੱਫੀ, ਚਾਚਾ ਅਬਦੁੱਲ ਲੋਰੀ ਆਇਆ। ਫਰਮਾਇੰਦੇ ਪੈਣ ਘਰ ਤਸ਼ਰੀਫ ਲਾਇਓ, ਮੁੱਦਤ ਤੇ ਮਾਰਿਓ ਘਰਾਂ ਦੇ ਜੰਦਰੇ ਲਾ, ਧੀਆਂ ਨੂੰ ਮਿਲ, ਮੇਰੇ ਘਰ ਆ ਕੇ ਵਸ ਹੀ ਸਹੀ। ਅਲੀ ਦੀ ਧੀ ਦੀ ਆਵਾਜ਼ ਹੈ, ਸੱਜਾਦ ਹੁਣ ਮੈਂ ਵਸ ਕੇ ਕੀ ਕਰਨਾ ਆ, ਮੇਰੀ ਕਿਹੜੀ ਸ਼ਹਿ ਰਹਿ ਗਈ ਹੈ। ਸੱਜਾਦ ਰੋ ਕਹਿੰਦਾ ਫੁੱਫੀ ਉਹ ਤੁਹਾਡਾ ਸ਼ਰਈ ਹਾਕਮ ਹੈ, ਆ ਜਵਾਨਾ ਸ਼ਰਈ ਹਾਕਮ ਦਾ ਨਾਮ ਆਇਆ ਹੈ। ਮੇਰੇ ਬਜ਼ੁਰਗ ਫਰਮਾਇੰਦੇ ਨੇ 18 ਫਿਰਾਵਾਂ ਦੀ ਭੈਣ ਆਪਣੀ ਪੇਕੀ ਹਵੇਲੀ ਚ ਸੋਟੀ ਦੀ ਟੇਕ ਤੇ ਉੱਠੀ ਹੈ, ਤੁਹਾਡੀਆਂ ਹਯਾਤੀਆਂ ਹੋਣ, ਜ਼ੈਨਬ ਸੱਜੇ ਡਿੱਠਾ ਹੈ ਖੱਬੇ ਡਿੱਠਾ ਹੈ। ਸੱਜਾਦ ਦਾ ਫੁੱਫੀ ਕਿਹਨੂੰ ਵੇਦੇ ਹੋ, ਅਲੀ ਦੀ ਧੀ ਦੀ ਆਵਾਜ਼ ਹੈ, ਨਾ ਤੇਰਾ ਅਲਮਾਲਾ ਚਾਚਾ ਨਜ਼ਰ ਪਿਆਂਦਾ ਹੈ, ਨਾ ਤੇਰਾ ਬਾਬਾ ਹੁਸੈਨ ਨਜ਼ਰ ਪਿਆਂਦਾ ਹੈ, ਜਿਹੜਾ ਸਾਲ ਦੇ ਬਾਅਦ ਅੱਜ ਮੈਨੂੰ ਪੇਕੇ ਬੂਹੇ ਤੋਂ ਟੋਰੇ ਨਾ, ਪੁੱਤਰ ਮਰਾ ਕੇ ਖਾਲੀ ਹੱਥ ਪਈ ਵੈਨੀਆਂ, ਯਾਰ ਸ਼ਰੀਫ ਅਜ਼ਾਦਾਰ ਬੈਠੇ ਹੋ, ਵਾਲਾਈ ਅਲੀ ਦੀ ਧੀ ਗਲਤ ਪੜਾ ਮੁਜਰੇ ਮੋਮਾ, ਦੋ ਆਲਮਾਂ ਦੇ ਮੂੰਹ ਰਿਵਾਇਤ ਸੁਣੀਏ, ਅਲਾਮਾ ਹੁਸੈਨ ਬਖਜਾੜਾ ਔਰ ਮਰਹੂਮ ਗੁਲਾਮ ਹੈਦਰ ਕੱਲੂ ਦੇ ਮੂੰਹ ਸੁਣਿਆ, ਜਿਹਦਾ ਵੱਲੀ ਨਾ ਤੇ ਆਪਣੇ ਘਰ ਆਈ ਜਵਾਨੋ, ਛੱਜਿਓ ਵੱਡੀ ਧੀ ਖੱਬਿਓ ਛੋਟੀ ਧੀ, ਉੱਤੋਂ ਜੋ ਬੀਬੀ ਦਾ ਸ਼ੋਹਰ ਆਇਆ ਨਾ ਅਬਦੁੱਲਾ, ਜ਼ੈਨਬ ਇੰਜ ਉਜੜ ਕੇ ਵੱਲੀ ਜਵਾਨੋ, ਸ਼ੋਹਰ ਨਹੀਂ ਪਹਿਚਾਣ ਸਕਿਆ। ਖੁਦਾ ਜਾਣਦਾ ਹੈ ਦੂਰੋਂ ਰੋਕ ਕੇ ਵੱਡੀ ਧੀ ਸਦਾ ਸੁਰਿਆ, ਧੀ ਕੋਲ ਆਈਏ ਨਾਰਾਜ਼ ਹੋ ਕੇ ਆਦਾ, ਮੈਂ ਜੋ ਤੁਹਾਨੂੰ ਆਖਿਆ ਹੈ ਜਬ ਤੱਕ ਤੁਹਾਡੀ ਆਪਣੀ ਮਾਂ ਜ਼ੈਨਬ ਆਪਣੇ ਘਰ ਚ ਨਹੀਂ ਆਉਂਦੀ, ਉਤਨੇ ਤਾਈਂ ਕਾਈ ਸਵਾਲ ਲੈਣਾ ਵੇ, ਇਤਨੀ ਦੇਰ ਨਾ ਬਹਾਈ ਕਰੋ। ਧੀਆਂ ਹੱਥ ਜੋੜ ਕੇ ਆਦੀਆਂ, ਬਾਬਾ ਇਹ ਕੋਈ ਸਵਾਲ ਲੈਣੇ, ਅੱਗਾ ਵੇਖੇ ਬਿਰਾਵਾਂ ਮੋਈ ਸਾਡੀ ਮਾਂ ਜ਼ੈਨਬ ਵੇ, ਵਸਦੇ ਰਹੋ ਆਗਾਜ਼ੀ ਤੁਹਾਨੂੰ ਰੰਗ ਲਾਵੇ, ਨੌਕਰਾਂ ਬਾਬਾ ਨੌਕਰਾਂ। ਅੱਲਾ ਜਾਣਦਾ ਜਨਾਬ ਅਬਦੁੱਲਾ ਕੋਲ ਆ ਬੈਠੇ, ਫਰਮਾਇੰਦੇ ਨੇ ਅਲੀ ਦੀ ਧੀ ਤੇਰੇ ਬਿਰਾਵਾਂ ਦੇ ਵੱਡੇ ਅਰਮਾਨ ਹਨ, ਸੈਯਦਾਦੀ ਦੀ ਚਾਚੇ ਜਾਇਆ ਤੇਰੇ ਪੁੱਤਰਾਂ ਦੇ ਹੀ ਵੱਡੇ ਅਰਮਾਨ ਹਨ। ਰੋ ਕੇ ਤਾਰੀਖ ਦੇ ਲਫ਼ਜ਼ਨ ਜਨਾਬ ਅਬਦੁੱਲਾ ਫਰਮਾਇੰਦੇ ਨੇ, ਕਿਉਂ ਜ਼ੈਨਬ ਜਿਹਦਾ ਆਖਰੀ ਵਕਤ ਮੇਰੇ ਪੁੱਤਰ ਮੌਤ ਦੇ ਪਾਸੇ ਪਵੈਂਦੇ ਹਨ, ਕੁਝ ਆਖਦੇ ਹਨ? ਅਲੀ ਦੀ ਦੀਦੋ ਹੱਥ ਮੱਥੇ ਤੇ ਰੱਖਿਆ,
ਰੋ ਕੇ ਦਿਆ ਦੇ ਅੰਮਾ ਅੰਮਾ ਜਦੋਂ ਵਤਨ ਤੇ ਵੱਲੇ ਨਾ ਸਾਡੇ ਬਾਬੇ ਨੂੰ ਸਾਡੇ ਸਲਾਮ ਦੇਵੇ ਜਵਾਨੋ ਅਬਦੁੱਲਾ ਗਸ ਕਰ ਗਿਆ ਅਲੀ ਦੀ ਧੀ ਨੇ ਤਲੀਆਂ ਮਲੀਆਂ ਆਫਾਕ ਹੋਇਆ ਵੇਖਿਆ ਦੀ ਕਿਉਂ ਅਬਦੁੱਲਾ ਪੁੱਤਰਾਂ ਦਾ ਦਰਦ ਹੀ ਮੈਂ ਜ਼ਿੰਦਾ ਕਰਾ ਦੇਵਾਂ ਮੈਂ ਅਲੀ ਦੀ ਧੀ ਹਾਂ ਅੱਲਾ ਜਾਣਦਾ ਅਬਦੁੱਲਾ ਦਾ ਮੈਨੂੰ ਪਤਾ ਤੇਰੇ ਚ ਇਤਨੀ ਪਾਵਰ ਹੈ ਲੇਕਿਨ ਪੁੱਤਰਾਂ ਦਾ ਦਰਦ ਨਹੀਂ ਮੈਨੂੰ ਕੋਈ ਹੋਰ ਦਰਦ ਰੋਂਦਾ ਹੈ ਕੀ ਦਰਦ ਰੋਂਦਾ ਹੈ ਰੋ ਕੇ ਆਦਾ ਜ਼ੈਨਬ ਤੇਰੇ ਹੱਥਾਂ ਦਾ ਰੰਗ ਤਬਦੀਲ ਹੈ ਤੁਹਾਡੀਆਂ ਹਯਾਤੀਆਂ ਮੈਂ ਨਾ ਮੌਲਾ ਤੁਹਾਨੂੰ ਰੰਗ ਲਾਵੇ ਰੋਵਣ ਵਾਲਿਓ ਨੌਕਰਾਂ ਨੌਕਰਾਂ ਸ਼ਾਲਾ ਤੇਰੀ ਜ਼ਿੰਦਗੀ ਹੋਵੇ ਅੱਲਾ ਜਾਣਦਾ ਵੱਲ ਹੈ ਉਲਮਾਏਦੀਨ ਨੇ ਲਿਖਿਆ ਪੂਰੇ 6 ਸਾਲ ਸਾਦਾਤ ਦੇ ਘਰ ਅੱਗ ਨਹੀਂ ਬੱਲੀ ਜਵਾਨੋ ਬੁੱਢਿਓ ਬੱਚਿਓ ਅਸਾਈਦਾਂ ਉਮਤੀਓ ਸ਼ੀਓ ਸੁਨਿਓ ਬਿਸਮਿਲ੍ਲਾ ਦੇ ਖਤਮ ਦਾ ਸਵਾਬ ਹੋਵੇ ਸਾਡੇ ਇੱਕ ਬਜ਼ੁਰਗ ਜ਼ਾਕਿਰ ਉਹ ਗੁਜ਼ਰਿਆ ਮਰਹੂਮ ਭੱਟੀ ਸਾਹਿਬ ਅਹਿਮਦ ਬਖਸ਼ ਭੱਟੀ ਮਰਹੂਮ ਫਰਮਾਉਂਦੇ ਹੁੰਦੇ ਹਨ ਪੂਰੇ 6 ਮਹੀਨੇ ਸਾਦਾਤ ਦੇ ਚੁੱਲ੍ਹੇ 'ਚ ਧੂੰ ਨਾ ਦੁਖਿਆ ਸ਼ਰੀਫ ਲੋਕ ਆਏ ਬੈਠੇ ਹੋ ਇਹ 6 ਮਹੀਨੇ ਜਿੱਦਾਂ ਗੁਜ਼ਰਨ ਨਾ ਇਹ ਈਦ ਆਈ ਹੈ ਅਜਿਸ ਦੀ ਇੰਤਜ਼ਾਰ 'ਚ ਮੁਸਲਮਾਨ ਤੁਸਾਂ ਨਾ ਕਰਿਆ ਅੱਲਾ ਦਾ ਨਾਮ ਮੰਨਿਆ ਹੈ ਇਸ ਈਦ 'ਤੇ ਜ਼ੈਨਬ ਯਤੀਮ ਹੋਈ ਹੈ ਤੁਸੀਂ ਨਹੀਂ ਕਰਨਾ ਤੇਰੀ ਹਯਾਤੀ ਹੋਵੇ ਇਹ ਈਦ ਆਈ ਹੈ ਮਾਹ ਰਮਜ਼ਾਨ ਵਾਲੀ ਦਸਤੂਰ ਹੀ ਨੇ ਰਿਵਾਜ ਨੇ ਜਿਹੜੇ ਪੇਕੇ ਗਰੀਬ ਹੋਵਨ ਸਾਹਵਰੇ ਅਮੀਰ ਹੋਵਨ ਭਾਈ ਜਾਨ ਕਈ ਦੂਰ ਦੀ ਵਸਤੀ ਧੀ ਹੋਵੇ ਕਈ ਈਦ ਆ ਜਾਏ ਲਿਬਾਸ ਅੱਛਾ ਪੈਸੇ ਜ਼ਿਆਦਾ ਕੋਲ ਹੋਵਨ ਖਾਣੇ ਅੱਛੇ ਹੋਵਨ ਦੂਰ ਦੀਆਂ ਵਸਤੀਆਂ ਧੀਆਂ ਨੂੰ ਸਾਹਵਰੀ ਈਦ ਚੰਗੀ ਨਹੀਂ ਲੱਗਦੀ ਇਹ ਗੱਲ ਹੈ ਨਾ ਫਿਤਰਤੀ ਚੀਜ਼ ਹੈ ਨਾ ਯਾਰ ਬੋਲਤ ਸਹੀ ਅੱਲਾ ਜਾਣਦਾ ਅਗਰ ਬੱਚੇ ਉਸ ਨਾ ਉਹਨਾਂ ਨੂੰ ਇਕੱਠਾ ਕਰ ਬਾਸੀ ਆਖਸੀ ਜਿਹੜੇ ਗਰੀਬ ਨਾ ਮੇਰੇ ਪੇਕੇ ਤੁਹਾਡੇ ਨਾਨਕੇ ਅੱਜ ਬਹਿਣ ਦੀ ਸੰਭਾਲ ਜ਼ਰੂਰ ਲੈ ਸਕ ਅਗਰ ਥੋੜ੍ਹੀ ਜਿਹੀ ਲੇਟ ਹੋਵੇ ਸੀ ਬਾਲਾ ਨੂੰ ਆਖਸੀ ਰਾਹ ਵੇਖੋ ਤੁਹਾਡਾ ਮਾਮਾ ਈਦ ਲਈ ਆਉਂਦਾ ਸੀ ਮੈਂ ਧੀਆਂ ਤੇ ਬਹਿਣਾ ਕੁਰਬਾਨ ਚੱਕਰਾ ਅਲੀ ਦੀ ਧੀ ਦੀ ਜੁੱਤੀ ਤੋਂ ਤੇਰੀ ਜਵਾਨੀ ਸਲਾਮਤ ਰਹਿ ਜਦੋਂ ਨੌ ਬਿਰਾ ਮਰਾ ਕੇ ਵੱਲੀ ਹੈ ਨਾ ਤੇ ਪਹਿਲੀ ਈਦ ਆਈ ਦੁਪਹਿਰਾਂ ਤਾਈਂ ਇੰਤਜ਼ਾਰ ਚ ਰਹੀਏ ਮੈਂ ਤਾਂ ਕੋਈ ਬਿਰਾ ਈਦ ਗਲੈਂ ਦੋਵੇ ਜਦੋਂ ਜ਼ੈਨਬ ਦਰ ਈਦ ਨਹੀਂ ਨਾ ਆਈ ਤੇ ਦੁਪਹਿਰ ਢੱਲਣ ਸੱਜੇ ਹੀ ਡਿੱਠਸ ਖੱਬੇ ਹੀ ਡਿੱਠਸ ਸਾਹਮਣੇ ਛੋਟੀ ਭੈਣ ਕਲਸੋਮ ਤੇ ਨਜ਼ਰ ਪਈ ਤੇਰੀ ਜ਼ਿੰਦਗੀ ਹੋਵੇ ਅੱਖਾਂ ਨਹੀਂ ਕਈ ਸਾਵਣ ਦੇ ਬਦਲੇ ਨੇ ਅਕਲ ਮਾਰ ਗਿਆ ਦੀਏ ਕਲਸੋਮ ਬੈਣ ਆਪਣਾ ਬੁਰਗਾ ਪਾਇਆ ਮੇਰਾ ਚਾਇਆ ਕਲਸੋਮ ਜੀ ਜ਼ੈਨਬ ਬੈਣ ਦੁਪਹਿਰਾਂ ਦਾ ਟਾਈਮ ਏ ਅੱਗੇ ਬਿਮਾਰ ਏ ਬਾਜ਼ਾਰਾਂ ਦੀ ਮੁੱਕੀ ਹੋਈਏ ਦਰਬਾਰਾਂ ਦੀ ਥੱਕੀ ਹੋਈਏ ਮੈਦਰ ਵੇਖ ਕਿਦੇ ਵਹਿਨੀਏ ਰੋ ਗਿਆ ਦੀਏ ਵਹਿਨੀਆਂ ਵੰਜ ਕੇ ਫਿਰਾਵਾ ਤੂੰ ਈਦ ਵੰਜ ਮੰਗਣੀਆ ਕਲਸੂ ਮੈਂ ਦਿਸ ਮਰ ਵਜੇ ਕਿਹੜਾ ਬਿਰਾ ਜੀਂਦਾ ਬੈਠਈ ਜਿਹੜਾ ਈਦਾਂ ਪਹੁੰਚਾਵੀ ਆਦਿ ਅਨਫੀਆ ਦਾ ਘਰ ਦੂਰ ਏ ਸਜਾਦ ਰਤ ਵਦਰ ਹੁੰਦੇ ਵਹਿਨੀਆਂ ਵੰਜ ਕੇ ਅੱਬਾਸ ਤੇ ਫਜ਼ਲ ਤੂੰ ਈਦ ਵੰਜ ਮੰਗਣੀ ਆ ਉਹ ਤੁਹਾਡੀ ਹਯਾਤੀ ਹੋਵੇ ਅੱਲਾ ਜਾਣਦਾ ਦੋਵੇਂ ਭੈਣਾਂ ਤੁਰ ਪਈਆਂ ਜਵਾਨੀ ਮਾਣੇ ਨੌਕਰਾਂ ਨੌਕਰਾਂ ਹੱਥ ਕਿਉਂ ਜੁੜੇ ਮੈਂ ਅੱਛਾ ਮੈਂ ਨੌਕਰ ਆਦੀ ਵਹਿਨੀਆਂ ਅਲਮਾਲੇ ਦੇ ਘਰੋਂ ਈਦ ਵੰਜ ਮੰਗਣੀ ਆ ਆਦੀ ਵਹਿਨੀਆਂ ਬਾਬੇ ਦੀ ਸ਼ਕਲ ਵਾਲੇ ਦੇ ਘਰੋਂ ਈਦ ਵੰਜ ਮੰਗਣੀ ਆ ਅੱਲਾ ਜਾਣਦਾ ਹੈ ਦੋਵੇਂ ਭੈਣਾਂ ਤੁਰ ਪਈਆਂ ਸੋਟੀ ਦੀ ਟੇਕ ਤੇ ਟੁਰਦੀ ਆਉਂਦੀ ਏ ਰੋਂਦੀ ਆਉਂਦੀ ਏ ਆਦੀ ਆਉਂਦੀ ਅੰਮਾ ਫਿਜ਼ਾ ਕਢਾਈ ਤਵਸਦੀ ਆਏ ਮੈਂ 18 ਬਿਰਾਵਾਂ ਦੀ ਭੈਣ ਹੈ ਮੇਰੇ ਘਰ 18 ਈਦਾਂ ਦੀਆਂ ਮੇਰਾ ਰਿਹਾ ਜੂ ਕੋਈ ਨਾ ਇਹ ਜ਼ੈਨਬ ਗਾਜ਼ੀ ਦੇ ਦਰਵਾਜ਼ੇ ਤੇ ਰੁਕੀਏ ਸਰ ਤੂੰ ਚਾਦਰ ਲਾ ਕੇ ਕਮਰ ਦੇ ਨਾਲ ਚਾਦਰ ਬਦੀਸ ਗਾਜ਼ੀ ਦੇ ਕੁੰਡੇ ਚੱਤ ਪਾ ਕੇ ਆਦੀ ਗਾਜ਼ੀ ਬਿਰਾ ਜ਼ੈਨਬ ਈਦ
منگیں آئی کھلی آئی بس دے رہو تو آڑیاں حیاتیوں ہیں او مولا تیری جوانی سلامت رکھے نوکارہ نوکارہ اللہ جاندہ دروازہ کھلا نظر آیا علی دی دھیدہ قدم غازی دے ویڑے چایا ہے فضل دی ماں تو مٹی چھوٹ گئی ہے آدھی بسم اللہ کیوں نوکران دے گھر سردار آگئے سیاد آدھی آدھی برجائی بینو دس میرا فضل کی دے گی ہے آدھی علی دی دیو مٹی تے دھوپتے ستو یہ آجی دا دیا رائی باب دنا چا چا کے رون دا رہے آئے میں نوا دا یم میں چھوٹی جائی عمر جی یتیم ہو گیا میری سنبھالی کہیں نہیں لئی سیدہ دیا دیا میرے بھتریے نو جگا او جوانو ماں پوتر دے رہیں جائیے جی میں جھیک دو پانی آن دائے اکل مار گیا دیا فضل لال جاگے آپ پھیاں ملے نا یعنی یار یارہ سال دی عمرے نکے نکے آدھ متھے تیرا کی اڈی گھلے آدھے بسم اللہ جی آیا آج مویا نو مارے نایو یا اجڑے نو جانے نایو زینب آدھی فضل میں عید منگے نایا عید نام آیا فضل دے چہرے تے زردی موت دی آئیے کربلا در بائیں ودا کیا دے بابا غازی میں وڈا غریبا زینب پہلی عید منگے نائی کھلیے میں کربلا دی لوٹ دا مکہ ودا